ਵੰਦੇ ਭਾਰਤ ਟ੍ਰੇਨਾਂ ਨੇ ਬਦਲੀ ਭਾਰਤ ਦੀ ਤਸਵੀਰ। ਪੰਜਾਬ ਲਈ ਪ੍ਰਧਾਨ ਮੰਤਰੀ ਮੋਦੀ ਦੇ ਤੋਹਫੇ ਨੇ ਵਧਾਈ ਲੋਕਾਂ ਦੇ ਚਿਹਰੇ ਤੇ ਰੌਣਕ। ਦਿੱਲੀ ਤੋਂ ਅੰਮ੍ਰਿਤਸਰ ਵੰਦੇ ਭਾਰਤ ਟ੍ਰੇਨ ਦਾ ਸਫ਼ਰ ਲਗਜ਼ਰੀ ਸਹੂਲਤਾਂ ਨਾਲ ਹੋਇਆ ਸ਼ੁਰੂ। ਪ੍ਰਧਾਨ ਮੰਤਰੀ ਮੋਦੀ ਲਗਾਤਾਰ ਦੇਸ਼ ਵਾਸੀਆਂ ਨੂੰ ਹਾਈਟੈਕ ਤੇ ਬਾਹਰਲੇ ਦੇਸ਼ਾਂ ਦੀ ਤਰਜ਼ ਵਰਗੀਆਂ ਸਹੂਲਤਾਂ ਦਿੰਦੇ ਆ ਰਹੇ ਨੇ, ਜਿਨ੍ਹਾਂ ਚੋਂ ਇੱਕ ਹੈ ਵੰਦੇ ਭਾਰਤ ਟ੍ਰੇਨ, ਜਿਸ ਨਾਲ ਜਿੱਥੇ ਦੇਸ਼ ਵਾਸੀਆਂ ਦੀ ਜ਼ਿੰਦਗੀ ਸੌਖੀ ਹੋਈ ਹੈ, ਉੱਥੇ ਇਸ ਸਫ਼ਰ ਨਾਲ ਸਹੂਲਤਾਂ ਨਾਲ ਸਮਾਂ ਵੀ ਬਚਿਆ ਤੇ ਪੈਸੇ ਵੀ। ਪੂਰੀ ਦੁਨੀਆਂ ਤੋਂ ਲੋਕ ਪੰਜਾਬ ਆਉਂਦੇ ਨੇ ਘੁੰਮਣ ਤੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣਾ ਕਦੇ ਵੀ ਨਹੀਂ ਭੁੱਲਦੇ। ਪੰਜਾਬੀਆਂ ਦੀ ਭਾਵਨਾ ਨੂੰ ਧਿਆਨ 'ਚ ਰੱਖਦੇ ਮੋਦੀ ਜੀ ਨੇ ਦਿੱਲੀ ਤੋਂ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਦਿੱਲੀ ਵੰਦੇ ਭਾਰਤ ਟ੍ਰੇਨ ਦਾ ਸਫ਼ਰ ਸ਼ੁਰੂ ਕਰਵਾਇਆ, ਜਿਸ ਨਾਲ ਪੰਜਾਬੀਆਂ ਦੇ ਚਿਹਰੇ ਤੇ ਰੌਣਕ ਪਰਤੀ ਹੈ ਤੇ ਇਸ ਟ੍ਰੇਨ 'ਚ ਲਗਜ਼ਰੀ ਸਹੂਲਤਾਂ ਦਾ ਆਨੰਦ ਲੋਕ ਲੈ ਰਹੇ ਨੇ। ਬੱਸਾਂ ਦੇ ਧੱਕੇ, ਮਹਿੰਗੇ ਕਿਰਾਏ, ਮਹਿੰਗੀਆਂ ਕਾਰਾਂ ਤੇ ਹੁੰਦੀ ਖੱਜਲ ਖੁਆਰੀ ਤੋਂ ਦੇਸ਼ ਵਾਸੀਆਂ ਤੇ NRI ਸਭ ਨੂੰ ਰਾਹਤ ਦਵਾਈ ਗਈ ਹੈ। ਹੁਣ ਜੇਕਰ ਕੋਈ ਵੀ ਵੰਦੇ ਭਾਰਤ ਟ੍ਰੇਨ 'ਚ ਸਫ਼ਰ ਕਰਦਾ ਤਾਂ ਉਹ ਮੁੜ ਮਹਿੰਗੀਆਂ ਕਾਰਾਂ ਬੱਸਾਂ ਦੇ ਚੱਕਰ 'ਚ ਪੈਂਦਾ ਹੀ ਨਹੀਂ, ਕਿਉਂਕਿ ਜੋ ਸਹੂਲਤਾਂ ਵੰਦੇ ਭਾਰਤ ਟ੍ਰੇਨ 'ਚ ਮੋਦੀ ਸਰਕਾਰ ਨੇ ਮੁਹੱਈਆ ਕਰਵਾਈਆਂ ਨੇ ਉਹ ਹਜ਼ਾਰਾਂ ਖਰਚ ਕੇ ਵੀ ਨਹੀਂ ਮਿਲਦੀਆਂ। ਤੇ ਇਕੱਲੇ ਪੰਜਾਬ ਦੀ ਗੱਲ ਨਹੀਂ, ਪੂਰੇ ਦੇਸ਼ ਨੂੰ ਇਹ ਵੰਦੇ ਭਾਰਤ ਟ੍ਰੇਨਾਂ ਦੇ ਤੋਹਫੇ ਦੇ ਕੇ ਦੇਸ਼ ਵਾਸੀਆਂ ਦੀ ਜ਼ਿੰਦਗੀ ਨੂੰ ਸੌਖਾ ਕੀਤਾ ਗਿਆ ਤੇ ਵਿਕਾਸ ਦੀਆਂ ਨਵੀਆਂ ਰਾਹਾਂ ਤੇ ਤੁਰਨ ਦਾ ਜਜ਼ਬਾ ਵੰਡਿਆ। ਹਰ ਭਾਰਤੀ ਦਾ ਹੁਣ ਇਹੋ ਕਹਿਣਾ ਹੈ ਕਿ 2024 'ਚ ਦੁਬਾਰਾ ਮੋਦੀ ਸਰਕਾਰ ਨੂੰ ਲਿਆਉਣਾ ਹੈ।